ना यार मुझे भी याद हो। हाँ जी दोस्तों काका जी की गल्ला गल्ले है आप भाई साहब आप उसी नौ दस जने कट्ठे होके आए हो तुसी कौन लोग हो काका असि थानू पहला भी दसते हैं हूं भी दस लगे भी सानू लोग नकलीए कहते ने नकलीए पुरानी विरासत नकलीए कहते हैं हाँ जी अच्छा कनौरा नकलीए तुसी हो जी हाँ असी हाँ बहुत खुशी की गल है भाई साहब जो तुसी कनौर वाले नकली हो पहले नंबर से मैनू ये दसो भी नकल केड़ी चीज नू कहा जाता हेलो नकल उस चीज नू कहा जाता नया नमूना बनावे अमीर को दिखावे जी अमीर दी खुशी नू नेड़े करे रंजी नू दूर करे जैसे नेड़े कपड़े नू साबण लागया सफेदी नजदीक होगी मैल दूर होगी अमीर दा दिल गुलाब दे फुल मंगू तय तय कर ला दे लोग ओनू नकलिया कहते ओ नकली हो तुसी नाले एक गल होर केड़ी गल कहिंदा जेड़ा कोई नकलिया नू हां जी गौर नाल सुन लवे ध्यान दे नाल सुन लवे जी मुड़ के न्याणा नहीं हुंदा ओ स्याणा नहीं हुंदा स्याणा स्याणा ओ हां सच स्याणा 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 नकल दा करना सोने दा करना कहंदे इक बराबर नकल दा करना ते सोने दा करना इक बराबर हां जी आवाज ठीक आ रही है जे कोई कमी पेशी है दस दियो मगरों गालां जीआं ना कढ़ी जाए नकलीए कुछ नहीं करके गए हाँ जी हाँ जी हाँ जिहड़ी तुसीं गल कही आ भी नकल दा करना ते सोने दा करना इक बराबर ਇਹ ਤੇਰੀ ਪਹਿਲੀ ਗੱਲ ਝੂਠਾ ਭਰਾਵਾ ਇਹ ਮੇਰੀ ਗੱਲ ਕਿਵੇਂ ਝੂਠੀ ਆ ਸੁਣ ਮੈਨੂੰ ਦੇਖ ਸੋਨੇ ਵਾਲੇ ਬੰਦੇ ਦੀ ਸੌ ਇੱਜ਼ਤ ਆ ਖਾਣੇ ਦਾਣੇ ਉਹਦੇ ਵਾਸਤੇ ਚਾਹਾਂ ਉਹਦੇ ਵਾਸਤੇ ਕੁਰਸੀਆਂ ਪਲੰਗ ਉਹਦੇ ਵਾਸਤੇ ਮੰਜੇ ਉਹਦੇ ਵਾਸਤੇ ਡਹਿ ਜਾ ਉਹਦੇ ਹੱਥੇ ਡਹਿ ਜਾਣਾ ਠੀਕ ਆ ਤੇਰੀ ਨਕਲ ਨੂੰ ਕੋਈ ਨਹੀਂ ਪੁੱਛਦਾ ਲਓ ਜੀ ਇਹਨੇ ਕਿਹਾ ਕਹਿੰਦਾ ਸੋਨੇ ਵਾਲੇ ਦੀ ਸੌ ਇੱਜ਼ਤ ਹੈਗੀ ਵੀ ਕਹਿੰਦਾ ਤੇਰੀ ਨਕਲ ਨੂੰ ਕੋਈ ਨਹੀਂ ਪੁੱਛਦਾ ਜੀ ਹਾਂ ਲੈ ਕਾਕਾ ਫਿਰ ਮੈਨੂੰ ਐ ਦੱਸ ਵੀ ਜਿੰਨੀਆਂ ਲੁੱਟਾਂ ਹੋਈਆਂ ਨੇ ਮਾਰ ਮਰਈਏ ਹੋਏ ਨੇ ਜੀ ਡਾਕੇ ਪਏ ਨੇ ਆ ਸੋਨੇ ਵਾਲਿਆਂ ਤੇ ਹੀ ਪਏ ਨੇ ਕੋਈ ਨਕਲੀਆ ਵੱਡਿਆ ਸੁਣਿਆ ਮੈਂ ਕੋਈ ਨਕਲੀਆ ਵੱਡਿਆ ਸੁਣਿਆ ਦੱਸ ਆ ਦੇਖ ਲਾ ਸਾਰੇ ਕਹਿਣ ਫਿਰਦੇ ਆ ਅੱਛਾ ਆ ਜਿਹੜਾ ਕਹਿਣਾ ਸੋਨੇ ਵਾਲੇ ਦੀ ਸੌ ਇੱਜ਼ਤ ਆ ਜੀ ਹਾਂ ਹੱਥ ਦੇ ਵਿੱਚ ਦੋ ਚਾਰ ਛਾਪਾਂ ਪਾ ਲਾ ਠੀਕ ਹੈ ਗਲ ਦੇ ਵਿੱਚ ਚੈਨੀ ਪਾ ਲਾ ਹਾਂਜੀ ਬਾਹ ਦੇ ਵਿੱਚ ਕੜਾ ਪਾ ਲਾ ਅੱਛਾ ਆ ਰਾਤ ਨੂੰ 11 ਕੁ ਵਜੇ ਤੋਂ ਬਾਅਦ ਆ ਹੋਈ ਕਿਰਾ ਮੜਾ ਜਾ ਜੰਡਾ ਵਾਲੇ ਕੰਨੀ ਨੂੰ ਕਿਉਂ ਲੈ ਰਸਤੇ ਜੀ ਰੱਖਿਆ ਲੈ ਰਸਤੇ ਜੀ ਰੱਖਿਆ ਕਹਿੰਦਾ ਮੈਨੂੰ ਚਾਹੇ ਰੜੇ ਮੈਦਾਨ ਚ ਪਾ ਦੀ ਅੱਛਾ ਚਾਹੇ ਵਾਹੇਵੇ ਵਾਹਣ ਚ ਪਾ ਦੀ ਜੀ ਚਾਹੇ ਕਿਸੇ ਜੀਟੀ ਰੋਡ ਤੇ ਪਾ ਦੀ ਆ ਚਾਹੇ ਵਾਟਰ ਬਾਕਸ ਦੇ ਟੋਇਆਂ ਚ ਪਾ ਦੀ ਅੱਛਾ ਚਾਹੇ ਕੋਈ ਬਾਹ ਵੱਢ ਲੇ ਲੱਤ ਵੱਢ ਲੇ ਨਕਲ ਦਾ ਭੋਰਾ ਨਹੀਂ ਦਿੰਦਾ ਨਕਲ ਦਾ ਭੋਰਾ ਨਹੀਂ ਦਿੰਦਾ ਇਹ ਗੱਲ ਸਹੀ ਆ ਜਿਹੜਾ ਸੋਨਾ ਇਹ ਖੋਹਿਆ ਜਾਂਦਾ ਇਹਨੂੰ ਬੀਜਾ ਇਹ ਜਿਹੜੀ ਨਕਲ ਆ ਤੇਰੀ ਭਰਾਵਾ ਇਹ ਨਹੀਂ ਖੋਹੀ ਜਾ ਸਕਦੀ ਇਸ ਕਰਕੇ ਕਿਹਾ ਨਕਲ ਦਾ ਕਰਨਾ ਤੇ ਸੋਨੇ ਦਾ ਕਰਨਾ ਇੱਕ ਬਰਾਬਰ ਲੈ ਕਾਕਾ ਇੱਕ ਗੱਲ ਤੇ ਤੋਂ ਹੋਰ ਪੁੱਛਦਾ ਦੱਸੋ ਜੀ ਮੈਂ ਤੇ ਤੋਂ ਇਹ ਪੁੱਛਦਾ ਹਾਂਜੀ ਵੀ ਇਹ ਦੁਨੀਆ ਦੇ ਉੱਪਰ ਰੋਸ਼ਨੀ ਕਿਸ ਦੀ ਸੀ ਗਰੀਬ ਵਾਸਤੇ ਵੀ ਅਮੀਰ ਵਾਸਤੇ ਵੀ ਬੱਚੇ ਵਾਸਤੇ ਵੀ ਬੁੜੇ ਵਾਸਤੇ ਇਹ ਗੱਲ ਸਹੀ ਹੈ ਜੀ ਕਿਸ ਚੀਜ਼ ਦੀ ਰੋਸ਼ਨੀ ਵੇਦਾਂ ਦਾ ਭਾਜੀ ਉਹ ਹਰ ਨਹੀਂ ਚੱਲ ਰਿਹਾ ਹਾਂ ਕੋਈ ਗੱਲ ਨਹੀਂ ਬਸ ਤੁਸੀਂ ਕਹਿਦਾ ਲੈ ਚੱਲਿਆ ਲੈ ਗੰਦਗੀ ਨਹੀਂ ਹੈ ਭਾਈ ਸਾਹਿਬ ਰੋਸ਼ਨੀ ਪੁੱਛਦੇ ਹੋ ਹਾਂ ਹਾਂ ਰੋਸ਼ਨੀ ਇਸ ਦੁਨੀਆ ਦੇ ਉੱਪਰ ਰੋਸ਼ਨੀ ਕਿਸ ਚੀਜ਼ ਦੀ ਹੈ ਹਾਂ ਭਰਾਵਾ ਵੇਦਾਂ ਅਨੁਸਾਰ ਦੱਸਣ ਲੱਗਿਆ ਤੈਨੂੰ ਮੈਂ ਵੇਦਾਂ ਅਨੁਸਾਰ ਦੱਸ ਦੇ ਪਹਿਲਾਂ ਤਾਂ ਦੇਖ ਦਿਨ ਨੂੰ ਸੂਰਜ ਮਹਾਰਾਜ ਦੀ ਰੋਸ਼ਨੀ ਹੈਗੀ ਰੋਸ਼ਨੀ ਹੈਗੀ ਆ ਹੈਗੀ ਆ
ਠੀਕ ਹੈ। ਰਾਤ ਨੂੰ ਚੰਦਰਮਾ ਮਹਾਰਾਜ ਦੀ ਰੋਸ਼ਨੀ, ਵੇਦਾਂ ਅਨੁਸਾਰ ਰੋਸ਼ਨੀ ਹੈ, ਦਿਨ ਨੂੰ ਸੂਰਜ ਮਹਾਰਾਜ ਦੀ, ਰਾਤ ਨੂੰ ਚੰਦਰਮਾ ਦੀ। ਜੀ ਹਾਂ, ਇਹ ਤੇਰੀ ਰੋਸ਼ਨੀ ਜਮਾਈ ਗਲਤ ਆ। ਕੀ ਗੱਲ ਵੀ? ਇਹ ਤੇਰੀ ਰੋਸ਼ਨੀ ਜਮਾਈ ਗਲਤ ਆ। ਕਿਵੇਂ? ਆ ਚਾਰ ਪੰਜ ਦਿਨ ਹੋ ਗਏ, ਬੱਦਲ ਜਿਹਾ ਹੋ ਗਿਆ ਸੀਗਾ, ਆ ਸੂਰਜ ਦੋ ਦਿਨ ਨੀ ਦਿਖ ਦਿੱਤਾ। ਜਿਹੜਾ ਕਹਿੰਦਾ ਰਾਤ ਨੂੰ ਚੰਦਰਮਾ ਦੀ, ਇਹ 15 ਦਿਨ ਚੰਦ ਪਹਿਲੇ ਪੱਖ ਚੜ੍ਹਦਾ, 15 ਦਿਨ ਬਾਅਦ ਵਾਲੇ ਪੱਖ ਚੜ੍ਹਦਾ। ਅੱਜ ਮੱਸਿਆ, ਵੇਦਾਂ ਅਨੁਸਾਰ ਚ ਕਹਿੰਦੇ ਅੱਜ ਦੀ ਰਾਤ ਨੂੰ ਸੂਰਜ ਔਰ ਚੰਦਰਮਾ ਦੋਵੇਂ ਅਸਮਾਨ ਤੇ ਨਹੀਂ ਹੋਏ, ਲੋਕਾਂ ਦੇ ਪਾੜ ਲੱਗੀ ਜਾਣਗੇ, ਪਾੜ ਲੱਗੀ ਜਾਣਗੇ। ਫਿਰ ਹੋਰ ਰੋਸ਼ਨੀ ਦੱਸਾਂ? ਆ ਦੇਖ, ਆਪਣੀ ਗੌਰਮੈਂਟ ਨੇ ਰੋਸ਼ਨੀ ਕੀਤੀ ਬਿਜਲੀ ਦੀ, ਲਾਈਟ ਬਿਜਲੀ ਦੀ, ਜਿਹਨਾਂ 12 ਰੁਪਏ ਯੂਨਿਟ ਦੀ। ਮੇਰੀ ਗੱਲ ਦੇਖ, ਗਲੀਆਂ ਮੁਹੱਲਿਆਂ ਦੇ ਵਿੱਚ ਰੋਸ਼ਨੀ, ਘਰਾਂ ਦੇ ਵਿੱਚ ਰੋਸ਼ਨੀ, ਸੜਕਾਂ ਤੇ ਰੋਸ਼ਨੀ, ਖੇਤਾਂ 'ਚ ਰੋਸ਼ਨੀ, ਆਲੇ ਦੁਆਲੇ 'ਚ ਰੋਸ਼ਨੀ। ਇਹ ਕਾਕਾ ਜਿੰਨਾ ਚਿਰ ਹੈਗੀ ਆ ਓਨਾ ਚਿਰ ਤਾਂ ਹੈਗੀ ਇਹਦੀ ਰੋਸ਼ਨੀ। ਅੱਛਾ, ਇਹ ਲੈ 5-6 ਦਿਨਾਂ ਦੀ ਗੱਲ ਆ। ਆ ਜਦੋਂ ਮਾੜੀ ਜੀ ਹਨੇਰੀ ਜੀ ਆਈ ਆ, ਉਧਰੋਂ ਤਾਂ ਜੀ 8-1 ਵਜੇ ਹਨੇਰੀ ਜੀ ਆ ਗਈ ਰਾਤ ਨੂੰ, ਉਧਰੋਂ ਮੈਨੂੰ ਥਾਲ ਦੇ ਵਿੱਚ ਰੋਟੀ ਆ ਗਈ। ਅੱਛਾ, ਉਧਰੋਂ ਜਵਾਕਾਂ ਨੇ ਰੋਟੀ ਮੂਹਰੇ ਰੱਖੀ ਆ, ਕਹਿੰਦੇ ਬਾਪੂ ਰੋਟੀ ਖਾ ਲਾ ਜੀ। ਉਧਰੋਂ ਲਾਈਟ ਚਲੀ ਗਈ, ਫਿਰ ਮੈਂ 2 ਕੁਮੁਰਖੀਆਂ ਤੋੜੀਆਂ, ਚਾਕੇ ਥਾਲ ਚੀ ਲਵੇੜ ਰੋਟੀ ਖਾਈ ਗਿਆ। ਅੱਛਾ, ਜਦੋਂ 15 ਮਿੰਟਾਂ ਬਾਅਦ ਆਈ, ਸਾਰੀ ਦਾਲ ਬਚੀ ਪਈ। ਇਹ ਵੀ ਗੱਲ ਤਾਂ ਰੋਸ਼ਨੀ ਨੇ, ਮੈਂ ਥਾਲ ਚੀ ਬੁਰਕੀਆਂ ਲਾਈ ਗਿਆ, ਮੈਂ ਚਲੋ ਕਬੀਲਦਾਰੀ ਆ, ਖਬਰਾਂ ਦਾਲ ਨਾ ਬਣਾਈ। ਲੈ ਫਿਰ ਹੋਰ ਸੁਣੋ ਰੋਸ਼ਨੀ ਵੀ, ਹੈ ਰੋਸ਼ਨੀ ਦੱਸਣ ਲੱਗਿਆ ਤੈਨੂੰ। ਉਹ ਪੁੱਤ ਜੰਮੇ ਦੀ ਵੀ ਰੋਸ਼ਨੀ, ਪੁੱਤ ਜੰਮੇ ਦੀ ਰੋਸ਼ਨੀ ਆ, ਠੀਕ ਹੈ ਨਾ। ਪੁੱਤ ਜੰਮੇ ਦੇ ਕੁਲਾ ਕਰਨ ਦੀ ਰੀਤੀ ਵਾਲਾ, ਕਿਵੇਂ ਪਿਓ ਦਾਦੇ ਦੀ ਪੈੜ ਚ ਪੈੜ ਰੱਖਣ ਵਾਲਾ। ਅੱਛਾ, ਤਾਂ ਹੁੰਦੀ ਆ ਰੋਸ਼ਨੀ। ਅੱਜ ਕੱਲ ਮੁੰਡੇ ਵੀ 2 ਤਸੀਰਾਂ ਦੇ ਜੰਮਦੇ ਨੇ, ਕਿਵੇਂ? ਇੱਕ ਤਾਂ ਜੰਮਦਾ ਠੰਡੀ ਤਸੀਰ ਦਾ, ਇੱਕ ਜੰਮਦਾ ਗਰਮ ਤਸੀਰ ਦਾ। ਠੰਡੀ ਤਸੀਰ ਦਾ ਕਿਹੜਾ ਬਈ? ਠੰਡੀ ਤਸੀਰ ਦਾ ਬੱਚਾ ਹਜੇ ਬੱਚੇ ਨੇ 2 ਮਹੀਨੇ ਨੂੰ ਜਨਮ ਲੈਣਾ। ਜੀ ਹਾਂ, ਉਹਦਾ ਘਰ ਦੇ ਵਿੱਚ ਭਾਗ ਮੁਕੱਦਰ ਪਹਿਲਾਂ ਹੀ ਆ ਜਾਂਦਾ। ਕੋਈ ਜ਼ਮੀਨ ਖਰੀਦ ਲਈ ਕਿਸੇ ਭਾਈ ਦਾ, ਉਹਦਾ ਵਧ ਗਿਆ। ਕੋਈ ਕੋਠੀ ਬਣਾ ਲਈ, ਕੋਈ ਗੱਡੀ ਲੈ ਲਈ। ਉਹ ਸਮਝੋ ਵੀ ਮੁੰਡਾ ਕੁਲਾ ਕਰਨ ਦੀ ਰੀਤੀ ਵਾਲਾ, ਠੰਡੀ ਤਸੀਰ ਵਾਲਾ, ਪਿਓ ਦਾਦੇ ਦੀ ਪੈਰ 'ਚ ਪੈਰ ਰੱਖਣ ਵਾਲਾ। ਆ ਜਿਹੜਾ ਚਾਹਣਾ ਉਹ ਚੱਕਣਾ ਕਹਿੰਦਾ। ਇਹ ਜਿਹੜਾ ਗਰਮ ਤਸੀਰ ਦਾ, ਗਰਮ ਤਸੀਰ ਦਾ ਉਹਦਾ ਬੱਚੇ ਨੇ ਹਜੇ ਜਨਮ ਹੀ ਲਿਆ। ਅੱਛਾ, ਦਾਈ ਘਰੋਂ ਵਿਦਾ ਨੀ ਹੋਈ, ਗਮਾਂਡੀ ਨੇ ਕਿਸੇ ਨੇ ਵਧਾਈਆਂ ਨੀ ਕਹੀਆਂ, ਲਾਗੀ ਨੇ ਕਿਸੇ ਨੇ ਦੁੱਬ ਨੀ ਦਿੱਤੀ, ਆਈ ਪਤਾ ਲੱਗਦਾ ਕਹਿੰਦੇ ਸਾਰਾ ਟੱਬਰ ਠਾਣੇ ਮਾਂਜਿਆ ਪਿਆ। ਉਹ ਆ ਗਰਮ ਤਸੀਰ ਦਾ, ਉਹ ਜਿਹਨੂੰ ਤਾਂ ਹੱਥ ਬੰਨਵੇ ਕੋਈ ਨੀ ਭਾਈ, ਵਿਹਲੇ ਟਾਈਮ ਦੇਖਾਂਗੇ। ਲੈ ਫਿਰ ਹੋਰ ਸੁਣ ਲਾ ਰੋਸ਼ਨੀ, ਕਰਨੀ ਕਰਤੂਤ ਦੀ ਰੋਸ਼ਨੀ ਆ। ਕਰਨੀ ਕਰਤੂਤ ਦੀ ਕਿਵੇਂ? ਹੈਂ, ਆ ਕਰਨੀ ਕਰਤੂਤ ਦੀ ਰੋਸ਼ਨੀ ਇਹ ਆ, ਕੋਈ ਚੰਗਾ ਕਾਰਾ ਕਰਦੀ ਉਹ ਵੀ ਰੋਸ਼ਨੀ ਆ, ਜਿਵੇਂ ਕੋਈ ਵਿਆਹ ਵਧੀਆ ਕਰ ਦੇਵੇ, ਠੀਕ ਆ, ਇਹ ਵੀ ਰੋਸ਼ਨੀ ਆ। ਵੀ ਆਹ ਹਾ ਵੀ ਫਲਾਣਾ ਸਿੰਘ ਨੇ ਬਹੁਤ ਅੱਛਾ ਕਾਰਜ ਕੀਤਾ। ਹਾਂ ਹਾਂ, ਇਹ ਆ ਬਾਈ ਪੱਲੇ ਦੀ ਠੇਕੀ। ਅੱਛਾ, ਜਿਹਦੇ ਕੋਲੇ ਹੈਗਾ ਉਹ ਤਾਂ ਕਰ ਦਿੰਦਾ ਰੋਸ਼ਨੀ। ਹਾਂ, ਇੱਕ ਮੇਰੇ ਵਰਗਾ ਗਰੀਬ ਦੇਖ ਕੇ ਸਰਦਾਰਾਂ ਦੇ ਕਾਰਜ, ਉਹਨਾਂ ਦੀ ਪੈਰ 'ਚ ਪੈਰ ਰੱਖਣ ਲੱਗ ਜਾਂਦਾ। ਅੱਛਾ, ਉਵੇਂ ਪੈਲਸ ਬੁੱਕ ਕਰ ਲੈਂਦਾ, ਉਵੇਂ ਖਾਣੇ ਦਾਣੇ ਬੁੱਕ ਕਰ ਲੈਂਦਾ, ਕਲਾਕਾਰ ਬੁੱਕ ਕਰ ਲੈਂਦਾ। ਬਾਬੇ 3 ਵਜੇ ਸਹੀ ਤਾਂ ਕਰਦਾ ਰੋਸ਼ਨੀ। ਅੱਛਾ, ਬਸ ਜਿੱਥੋਂ 3:15 ਤੇ ਸੂਈ ਆ ਜਾਂਦੀ ਆ, ਹਲਵਾਈ ਕਹਿੰਦੇ ਆਈ ਬਾਈ ਸਾਡੀ ਗੱਲ, ਪੈਲਸ ਵਾਲਾ ਕਹਿੰਦਾ ਮੇਰੀ ਸੂਈ, ਵੇਟਰ ਕਹਿੰਦੇ ਨੇ ਮੇਰੀ ਸੂਈ, ਗਾਉਣ ਵਾਲੇ ਕਹਿੰਦੇ ਨੇ ਮੇਰੀ ਸੂਈ, ਕੋਲੇ ਕੁਛ ਹੈ ਨੀ। ਵਾਹ ਬਾਈ ਵਾਹ, ਰੋਸ਼ਨੀ ਕਰਤੀ। ਫਿਰ ਕੀ? ਫਿਰ ਵਿੱਚ ਸਰਦਾਰ ਵੀ ਗਏ ਹੁੰਦੇ ਨੇ, ਫਿਰ ਕਹਿੰਦਾ ਫਲਾਣਾ ਸਿਆ ਐ ਕਰ, ਐ ਕਰ, ਮੈਂ 1 ਸਾਲ ਮੇਰੇ ਮੁੰਡੇ ਦਾ ਲਵਾ ਲਾ ਵੱਡੇ ਦਾ, ਮੈਨੂੰ 50,000 ਰੁਪਇਆ ਦਿਆ। ਅੱਛਾ, ਚਲੋ ਵਿਆਹਵਾਨ ਹੁੰਦੇ ਨੇ, ਕਹਿੰਦਾ ਚੱਲ ਕੋਈ ਗੱਲ ਨੀ, ਕਹਿੰਦਾ ਮੈਂ ਲਿਆ ਕੇ ਦਿੰਦਾ। ਫਿਰ ਦੂਜੇ ਨੂੰ ਬੁਲਾ ਲੈਂਦਾ, ਕਹਿੰਦਾ ਬਈ ਸਰਦਾਰ ਐ ਕਰ, ਮੇਰੇ ਛੋਟੇ ਮੁੰਡੇ ਨੂੰ 1 ਸਾਲ ਭਰ ਸੀਰੀ ਰੱਖ ਲਾ, 40,000 ਰੁਪਇਆ ਦਿਆ, ਉਹ ਵੀ ਦੇ ਦਿੰਦਾ। ਅੱਛਾ, ਕਰਕੇ ਰੋਸ਼ਨੀ ਮਗਰੋਂ ਜੋ ਪਾਗਲ ਨਾ ਹੋਵੇ।
ਕਿਸੇ ਗੱਡੀ ਥੱਲੇ ਆ ਅਸੀਂ ਮੈਂ ਵਿਹਲੀ ਆ ਫਿਰ ਕਿਸੇ ਗੱਡੀ ਥੱਲੇ ਆ ਬੰਦ ਨੇ ਇਹ ਵੀ ਬੰਦਾ ਕਰੋਨਾ ਕਰਕੇ ਬੰਦ ਹੋਈਆਂ ਵੀ ਨੇ ਆਧਾਰ ਕਾਰਡ ਰਾਸ਼ਨ ਕਾਰਡ ਅੱਛਾ ਪਹਿਲੇ ਨੰਬਰ ਤੇ ਕੀ ਚਾਹੀਦਾ ਜੀ ਮਿੰਤਰਾ ਆਧਾਰ ਕਾਰਡ ਚਾਹੀਦਾ ਮੈਂ ਆਧਾਰ ਕਾਰਡ ਬਣਵਾਇਆ ਨੀ ਜੀ ਮੇਰੀ ਗੱਲ ਸੁਣ ਬੱਚੇ ਦਾ ਆਧਾਰ ਕਾਰਡ ਬਣਿਆ ਵੇ ਤੈਨੂੰ ਕਿਉਂ ਨੀ ਬਣਵਾਇਆ ਵੇ ਮੈਂ ਤਾਂ ਨੀ ਬਣਵਾਇਆ ਜੀ ਹਾਂ ਜਿਹੜਾ ਕੰਮ ਹੀ ਉਧਾਰ ਆ ਉਹ ਕਰਨਾ ਕੀ ਆ ਠੀਕ ਆ ਮੈਂ ਤਾਂ ਨਗਦ ਲੈਣ ਵਾਲਾ ਜੀ ਚਲੋ ਠੀਕ ਆ ਯਾਰ ਵੋਟ ਕਾਰਡ ਤਾਂ ਹੁਣ ਤੇ ਫਿਰ ਵੋਟ ਕਾਰਡ ਵੀ ਹੈ ਨੀ ਜੀ ਉਹ ਕਦੋਂ ਨੀ ਬਣਵਾਇਆ ਵੀ ਤੈਨੂੰ ਉਹ ਸੁਣ ਲਓ ਹਾਂ ਜੇ ਅਕਾਲੀਆਂ ਨੂੰ ਵੋਟ ਪਾ ਦਿੰਦਾ ਹਾਂ ਤਾਂ ਕਾਂਗਰਸ ਵਾਲੇ ਗੁੱਸੇ ਹੋ ਜਾਂਦੇ ਠੀਕ ਆ ਜੇ ਕਾਂਗਰਸ ਵਾਲੇ ਨੂੰ ਪਾ ਦੇ ਜੇ ਕਾਂਗਰਸ ਵਾਲਿਆਂ ਨੂੰ ਪਾ ਦੇ ਤਾਂ ਝਾੜੂ ਵਾਲੇ ਗੁੱਸੇ ਹੋ ਜਾਂਦੇ ਨੇ ਜੇ ਝਾੜੂ ਵਾਲੇ ਨੂੰ ਪਾ ਦੇ ਆਜ਼ਾਦ ਉਮੀਦਵਾਰ ਪੱਕਾ ਹੀ ਆ ਜੇਲ ਵੀ ਇਸ ਕਰਕੇ ਮੈਂ ਆ ਪਿੰਡ ਦਾ ਸਾਂਝਾ ਬੰਦਾ ਅੱਛਾ ਵੋਟ ਕਿਸੇ ਨੂੰ ਪਾਉਂਦਾ ਮੈਂ ਵੋਟ ਕਿਸੇ ਨੂੰ ਪਾਉਂਦਾ ਵੀ ਸਪੋਰਟ ਹਰ ਇੱਕ ਨੂੰ ਦਿੰਦਾ ਯਾਰ ਮੇਰੀ ਗੱਲ ਸੁਣ ਆ ਜਿਹੜੀ ਸਪੋਰਟ ਦੀ ਗੱਲ ਕਰਦਾ ਤੂੰ ਪੈਸੇ ਤੋਂ ਬਿਨਾਂ ਤਾਂ ਸਪੋਰਟ ਹੁੰਦੀ ਕਿਵੇਂ ਕਰਦਾ ਸਪੋਰਟ ਫਿਰ ਇੱਕ ਦਿਨ ਹੀ ਅਕਾਲੀਆਂ ਨਾਲ ਫਿਰ ਆਉਣਾ ਅੱਛਾ ਇੱਕ ਦਿਨ ਕਾਂਗਰਸ ਵਾਲਿਆਂ ਨਾਲ ਫਿਰ ਆਉਣਾ ਅੱਛਾ ਇੱਕ ਦਿਨ ਝਾੜੂ ਵਾਲਿਆਂ ਨਾਲ ਫਿਰ ਆਉਣਾ ਆਥਣ ਨੂੰ ਵਧੀਆ ਲਾਉਣਾ ਮੁੜੇ ਆਉਣਾ ਇਹੀ ਕੰਮ ਜਾਣਾ ਹਾਂਜੀ ਉਹ ਫਿਰ ਰਾਸ਼ਨ ਕਾਰਡ ਤਾਂ ਹੋਊਗਾ ਰਾਸ਼ਨ ਕਾਰਡ ਜੀ ਮੈਨੂੰ ਕਣਕ ਮਿਲਦੀ ਨਹੀਂ ਆਧਾਰ ਕਾਰਡ ਤੇਰੇ ਕੋਲ ਨਹੀਂ ਵੋਟ ਕਾਰਡ ਤੇਰੇ ਕੋਲ ਨਹੀਂ ਰਾਸ਼ਨ ਕਾਰਡ ਤੇਰੇ ਕੋਲ ਨੌਕਰ ਕਿਵੇਂ ਰੱਖਾ ਲੈਣੀ ਯਾਰ ਮੈਨੂੰ ਨੌਕਰ ਰੱਖੋ ਜੀ ਮੈਂ ਗਰੀਬ ਹਾਂ ਜੀ ਮੇਰੀ ਗੱਲ ਸੁਣ ਚੱਲ ਨੌਕਰ ਰੱਖੋ ਜੀ ਗਰੀਬ ਹਾਂ ਜੀ ਚੱਲ ਆਪਾਂ ਹੱਲ ਕਰ ਲੈਂਦੇ ਹਾਂਜੀ ਐ ਦੱਸ ਤੁਸੀਂ ਕਿੰਨੇ ਭੈਣ ਭਾਈ ਹੋ ਗਰੀਬ ਹਾਂ ਜੀ ਉਹ ਭੈਣ ਭਾਈ ਪੁੱਛਿਆ ਕਿੰਨੇ ਹੋ ਤੁਸੀਂ ਇੱਕ ਬਿਸਵਾ ਥਾਉਂਦਾ ਜੀ ਅੱਛਾ ਤਿੰਨ ਕੁ ਖਣ ਪਏ ਵੇ ਨੇ ਅੱਛਾ ਛੋਟਾ ਜਿਹਾ ਵਿਹੜਾ ਜੀ ਅੱਛਾ ਗਰੀਬ ਆ ਜੀ ਉਹ ਮੈਂ ਥਾਂ ਨਹੀਂ ਪੁੱਛਿਆ ਮੈਂ ਤਾਂ ਭੈਣ ਭਰਾ ਪੁੱਛਿਆ ਕਿੰਨੇ ਹੋ ਤੁਸੀਂ ਅੱਛਾ ਭੈਣ ਭਾਈ ਹਾਂ ਲਓ ਜੀ ਦਾਤਾ ਦੱਸ ਵੀ ਦੱਸ ਮੈਂ ਸੀ ਆਪਣੇ ਮਾਂ ਬਾਪਾਂ ਦੇ ਇਕੱਲਾ ਇਕੱਲਾ ਹੀ ਪੁੱਛਦੀ ਤੂੰ ਹਾਂ ਅੱਛਾ ਉਧਰੋਂ ਆ ਗਿਆ ਜੇਠ ਹਾੜ ਦਾ ਮਹੀਨਾ ਫਿਰ ਤਾਂ ਮੇਰੇ ਬਾਪ ਨੇ ਮੈਨੂੰ ਸ਼ਾਮ ਨੂੰ 6 ਵਜੇ